ਦੀਵਾਲੀ ਹੈ ਇੱਕ ਤਰ੍ਹਾਂ ਦੀ ਦੀਵਾਲੀ ਮਨਾਉਂਦੇ ਆ ਵਧੀਆ ਡਾਕਟਰ ਸਾਹਿਬ ਸੁੱਖ ਮੰਗੋ ਸਾਰਿਆਂ ਨੂੰ ਉਸ ਦਿਨ ਸਾਰਿਆਂ ਨੂੰ ਪ੍ਰਾਰਥਨਾ ਹੋ ਜਾਵੇ ਆਪਣੇ ਦੇਸ਼ ਵਾਸਤੇ ਸਾਰਿਆਂ ਨੂੰ ਅਮਨ ਸਕੂਨ ਅਵਲ ਅੱਲਾ ਨੂਰ ਪਾਇਆ ਕੁਦਰਤ ਕੇ ਸਭ ਬੰਦੇ ਏਕ ਨੂਰ ਸੇ ਸਭ ਜਗ ਉਪਜੇ ਕੌਣ ਭਲੇ ਕੋ ਮੰਨੇ। ਮਾਲਕ ਨੇ ਸਾਰਿਆਂ ਨੂੰ ਆਪਾਂ ਨੂੰ ਇੱਕ ਬਣਾਇਆ, ਜਾਤਾਂ ਪਾਤਾਂ ਤਾਂ ਅਲੱਗ, ਇੱਕ ਇਨਸਾਨ ਦੇ ਗਰੁੱਪ ਬਣਾਏ ਉਸ ਮਾਲਕ ਦੇ ਬੰਦੇ, ਇਹੀ ਮੈਂ ਕਹਿਣਾ ਚਾਹੂੰਗਾ। ਕਿਸੇ ਵੀ ਬੰਦੇ ਹੈ, ਇਹ ਤਾਂ ਬਹੁਤ ਖੁਸ਼ੀ ਦੀ ਗੱਲ ਹੈ। ਇੱਕ ਅੱਜ ਉੱਥੇ ਆਪਣੇ ਸ਼੍ਰੀ ਰਾਮ ਚੰਦਰ ਜੀ ਦੇ ਸਥਾਪਨਾ ਹੋ ਰਹੀ ਹੈ ਮੰਦਰ ਦੀ, ਬੜੀ ਖੁਸ਼ੀ ਦੀ ਗੱਲ ਹੈ। ਇੰਨੇ ਚਿਰ ਤੋਂ ਉਹ ਚੱਲਦਾ ਇੱਕ ਮਸਲਾ ਜਿਹੜਾ ਉਹ ਆ ਰਿਹਾ ਸੀ ਉਹ ਸੁਲਝ ਗਿਆ, ਅਮਨ ਅਤੇ ਸਕੂਨ ਨਾਲ ਸੁਲਝ ਗਿਆ। ਅਤੇ ਇਹ ਇੱਕ ਦੂਜੇ ਦੇ ਭਾਈਚਾਰ ਦੀ ਮੌਕਾ, ਇੱਕ ਦੂਸਰੇ ਨੂੰ ਭਾਈਚਾਰਾ ਪਿਆਰ ਵਧਾਉਣ ਦਾ। ਜਿਵੇਂ ਇੱਥੇ ਵੀ ਸਾਡੇ ਕੋਲ ਇੱਕ ਮਸਜਿਦ ਸੀਗੀ, ਉਹ 70 ਸਾਲ ਤੋਂ ਮਤਲਬ ਪੰਡਿਤ ਜੀ ਸ਼ਰਮਾ ਜੀ ਰਹਿ ਰਹੇ ਸੀ, ਉਹ ਵੀ ਬੜੀ ਪਿਆਰ ਨਾਲ ਅਤੇ ਮੁਹੱਬਤ ਨਾਲ, ਦੇਖੋ ਅੱਜ ਉਹ ਸਾਡੇ ਕੋਲ ਹੈ, ਉਹ ਆਪਦੇ ਘਰ ਆਰਾਮ ਨਾਲ ਸਕੂਨ ਨਾਲ ਅਸੀਂ ਰਲ ਮਿਲ ਕੇ ਉੱਥੇ ਰਹਿ ਰਹੇ ਹਾਂ। ਉਹਨਾਂ ਕੋਲ ਆਪਦਾ ਘਰ ਹੈ, ਸਾਡੇ ਕੋਲ ਉਹ ਮਸਜਿਦ ਹੈ, ਉਹਨਾਂ ਨੇ ਉਹ ਸਾਨੂੰ ਸੌਂਪੀ, ਇੰਨਾ ਚਿਰ ਉਹ ਸੰਭਾਲ ਕੇ ਰੱਖੀ, ਇਹ ਉਹਨਾਂ ਦਾ ਬੜਪਨ ਹੈ। ਅੱਜ ਉਹ ਪਿਆਰ ਮੁਹੱਬਤ ਕੰਮ ਆ ਰਿਹਾ ਜੀ ਆਪਣਾ ਭਾਈਚਾਰੇ ਦਾ, ਕਿਸ ਤਰ੍ਹਾਂ ਖੁਸ਼ੀ ਹੋ ਰਹੀ, ਬੜੀ ਖੁਸ਼ੀ ਹੁੰਦੀ ਹੈ ਸਾਰਿਆਂ ਨੂੰ। ਇਹ ਮੈਂ ਪੂਰੇ ਆਪਣੇ ਦੇਸ਼ ਵਾਸੀਆਂ ਨੂੰ ਇਹ ਮੈਂ ਕਹੂੰਗਾ ਵੀ ਆਪਾਂ ਇੱਕਜੁੱਟ ਹੋ ਕੇ ਹਰ ਧਰਮ ਉਸ ਚੀਜ਼ ਤੋਂ ਦੂਰ ਉੱਠ ਕੇ, ਧਰਮ ਤੋਂ ਪਾਸੇ ਹੋ ਕੇ, ਇੱਕ ਟਾਈਮ ਜਿਸ ਦਿਨ ਉਹ ਹਵਨ ਪੂਜਾ ਹੋਵੇ ਆਪਾਂ ਸਿਰਫ ਮਾਲਕ ਅੱਗੇ ਅਰਦਾਸ ਕਰੀਏ, ਦੁਆ ਕਰੀਏ ਵੀ ਇਹ ਮਾਲਕ ਸਾਡੇ ਦੇਸ਼ 'ਚ ਪੂਰੇ 'ਚ ਅਮਨ ਸਕੂਨ ਰਹੇ, ਇਹ ਜਾਤ ਪਾਤ ਦੇ ਚੱਕਰ ਸਾਰੇ ਝਗੜੇ ਖਤਮ ਕਰ। ਹਾਂਜੀ ਸਰ, ਕੀ ਨਾਮ ਹੈ? ਮੇਰਾ ਨਾਮ ਸਵਰਨ ਸਿੰਘ ਢੱਲਾ, ਮੰਡਲ ਪ੍ਰਧਾਨ BJP ਗਿੱਦੜਵਾਹਾ। ਮੈਂ ਅੱਜ ਅਸੀਂ ਮੁਸਲਿਮ ਭਾਈਚਾਰੇ ਨੂੰ ਨਾਲ ਲੈ ਕੇ ਅੱਜ ਅਸੀਂ ਘਰ ਘਰ ਭਗਵਾਨ ਰਾਮ ਦੇ ਨਿਉਤਾ ਦੇ ਕੇ ਆਏ ਹਾਂ, ਔਰ ਬੜੀ ਸਾਹਿਬ ਨੂੰ ਬਹੁਤ ਖੁਸ਼ੀ ਹੋਈ ਹੈ ਵੀ 22 ਤਰੀਕ ਨੂੰ ਜਿਹੜੀ ਪ੍ਰਾਣ ਪ੍ਰਤਿਸ਼ਠਾ ਹੋ ਰਹੀ ਹੈ, ਭਗਵਾਨ ਰਾਮ ਆਪਦੇ ਘਰ ਵਿੱਚ ਪਧਾਰ ਰਹੇ ਹਨ, ਉਹਦੇ ਵਿੱਚ ਉਹਦੇ ਬੇਸ 'ਤੇ ਅਸੀਂ ਸਾਰਿਆਂ ਨੂੰ ਇਹੀ ਕਹਿ ਰਹੇ ਵੀ ਸਾਰੇ ਰਲ ਮਿਲ ਕੇ ਉਸ ਦਿਨ ਘਰ ਵਿੱਚ ਪੂਜਾ ਪਾਠ ਔਰ ਅਰਦਾਸ ਕਰਨ, ਉਹ ਦੇਸ਼ ਦੀ ਸੁੱਖ ਸ਼ਾਂਤੀ ਖੁਸ਼ਹਾਲੀ ਵਾਸਤੇ ਅਸੀਂ ਸਾਰੇ ਇਕੱਠੇ ਅਰਦਾਸ ਕਰਾਂਗੇ। ਔਰ ਮੁਸਲਿਮ ਭਾਈਚਾਰੇ ਦੇ ਨਾਲ ਅਸੀਂ ਅੱਜ ਸਾਰਾ ਅਸੀਂ ਘਰ ਘਰ ਡੋਰ ਟੂ ਡੋਰ ਜਾ ਕੇ ਆਏ ਹਾਂ, ਸਾਨੂੰ ਇਹਨਾਂ ਦਾ ਬਹੁਤ ਸਹਿਯੋਗ ਮਿਲਿਆ ਹੈ ਔਰ ਅਸੀਂ ਇਹਨਾਂ ਦਾ ਬਹੁਤ ਧੰਨਵਾਦ ਕਰਦੇ ਹਾਂ, ਔਰ ਅਸੀਂ ਹੁਣ ਸਰਕਾਰ ਦੇ ਵੀ ਅਸੀਂ ਧੰਨਵਾਦ ਕਰਦੇ ਹਾਂ ਜਿਹੜੀ ਮੋਦੀ ਸਰਕਾਰ ਨੇ ਉੱਥੇ ਅਯੋਧਿਆ ਵਿੱਚ ਭਗਵਾਨ ਰਾਮ ਦਾ ਮੰਦਰ ਤਿਆਰ ਕੀਤਾ, ਔਰ ਅਸੀਂ ਸਾਰੇ ਇਸ ਤੋਂ ਵੱਧ ਚੜ੍ਹ ਕੇ ਹਿੱਸਾ ਲਵਾਂਗੇ। ਮੁਸਲਿਮ ਭਾਈਚਾਰੇ ਨੂੰ ਕਿਵੇਂ ਦੇਖਦੇ ਹੋ? ਉਹਨਾਂ ਨੇ ਮੰਦਰ ਦੇ ਵਿੱਚ ਹਾਂ ਦਾ ਨਾਰਾ ਮਾਰਿਆ। ਮੁਸਲਿਮ ਭਾਈਚਾਰੇ ਨਾਲ ਆਪਦਾ ਜਾਤ ਪਾਤ ਉੱਤੇ ਉੱਪਰ ਉੱਠ ਕੇ ਉਹਨਾਂ ਨੇ ਸਾਥ ਦਿੱਤਾ, ਔਰ ਮੰਦਰ ਬਣਨ ਦੀ ਖੁਸ਼ੀ ਵਿੱਚ ਵੀ ਉਹਨਾਂ ਨੇ ਘਰ ਘਰ ਲੱਡੂ ਵੀ ਵੰਡੇ ਆ। ਕਿਸ ਤਰ੍ਹਾਂ ਲੱਗ ਬਹੁਤ ਵਧੀਆ ਲੱਗ ਰਿਹਾ ਜੀ, ਬਹੁਤ ਵਧੀਆ ਲੱਗ ਰਿਹਾ,
ਮੁਸਲਿਮ ਭਾਈਚਾਰੇ ਨਾਲ ਰਲ ਕੇ ਜਿਹੜਾ ਕੰਮ ਕਰ ਰਹੇ ਹੈ ਉਹਨਾਂ ਦੀ ਬਹੁਤ ਜ਼ਿਆਦਾ ਖੁਸ਼ੀ ਉਹਨਾਂ ਨੇ ਮਨਾਈ ਹੈ। ਉਹ ਕਹਿੰਦੇ ਬਹੁਤ ਵਧੀਆ ਹੋ ਰਿਹਾ ਔਰ ਪੂਰੇ ਦੇਸ਼ ਦੇ ਵਿੱਚ ਸਾਰੇ ਧਰਮ ਇੱਕ ਹੋ ਕੇ ਔਰ ਦੇਸ਼ ਦੀ ਖੁਸ਼ਹਾਲੀ ਵਾਸਤੇ ਕੰਮ ਕਰਨਗੇ।